ਬਣਾਉਣ ਦਾ ਆਫਰ ਦਿੱਤਾ ਗਿਆ ਸੀ। ਇੱਕ ਵਿਰੋਧੀ ਧਿਰ ਦੇ ਆਗੂ ਨੇ ਸੰਪਰਕ ਕੀਤਾ ਸੀ ਨਿਤਿਨ ਗਡਕਰੀ ਦੇ ਵੱਲੋਂ ਇਹ ਦਾਅਵਾ ਕੀਤਾ ਗਿਆ ਅਤੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਬਣਨ ਦਾ ਮੇਰਾ ਕੋਈ ਟੀਚਾ ਨਹੀਂ ਹੈ। ਨਿਤਿਨ ਗਡਕਰੀ ਦੇ ਮੁਤਾਬਿਕ PM ਬਣਾਉਣ ਦੇ ਲਈ ਉਹਨਾਂ ਨੂੰ ਸਮਰਥਨ ਦੇਣ ਦੀ ਗੱਲ ਉਸ ਲੀਡਰ ਦੇ ਵੱਲੋਂ ਵਿਰੋਧੀ ਧਿਰ ਦੇ ਲੀਡਰ ਦੇ ਵੱਲੋਂ ਕਹੀ ਗਈ ਸੀ ਅਤੇ ਉਹਨਾਂ ਨੇ ਇਹ ਵੀ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਮੈਂ ਪੁੱਛਿਆ ਕਿ ਮੇਰਾ ਸਮਰਥਨ ਕਿਉਂ ਕਰਨਾ ਚਾਹੀਦਾ ਹੈ ਕਿ ਤੁਹਾਨੂੰ ਮੇਰਾ ਸਮਰਥਨ ਕਿਉਂ ਕਰਨਾ ਚਾਹੀਦਾ ਹੈ। ਤਾਂ ਨਿਤਿਨ ਗਡਕਰੀ ਨੇ ਵੀ ਸਟੇਟਮੈਂਟ ਦੇ ਵਿੱਚ ਕਿਹਾ ਕਿ PM ਬਣਨਾ ਮੇਰੀ ਜ਼ਿੰਦਗੀ ਦਾ ਟੀਚਾ ਨਹੀਂ ਹੈ, ਮੈਂ ਆਪਣੇ ਸੰਗਠਨ ਦੇ ਪ੍ਰਤੀ ਵਫ਼ਾਦਾਰ ਹਾਂ, ਮੈਂ ਕਿਸੇ ਵੀ ਅਹੁਦੇ ਦੇ ਲਈ ਕੋਈ ਸਮਝੌਤਾ ਨਹੀਂ ਕਰਾਂਗਾ। ਅਚਾਨਕ ਘਟਨਾ ਵੀ ਨਾ ਉਹਨੇ ਸੰਗਤ ਕੋਣਾ ਸਰ ਅਤੇ ਉਹਨਾਂ ਨੇ ਕਿ ਇਫ ਯੂ ਆਰ ਗੋਇੰਗ ਟੂ ਬਿਕਮ ਏ ਪ੍ਰਾਈਮ ਮਿਨਿਸਟਰ ਵੀ ਵਿਲ ਸਪੋਰਟ ਯੂ। ਮੁੰਡਲਾ ਵਾਈ ਯੂ ਸ਼ੁੱਡ ਸਪੋਰਟ ਮੀ ਐਂਡ ਵਾਈ ਆਈ ਸ਼ੁੱਡ ਟੇਕ ਸਪੋਰਟ ਟੂ ਬਿਕਮ ਏ ਪ੍ਰਾਈਮ ਮਿਨਿਸਟਰ ਇਜ਼ ਨੋਟ ਏਮ ਇਨ ਮਾਈ ਲਾਈਫ। ਆਈ ਐਮ ਲੋਇਲ ਟੂ ਮਾਈ ਕਨਵਿਕਸ਼ਨ ਐਂਡ ਮਾਈ ਆਰਗਨਾਈਜੇਸ਼ਨ। ਆਈ ਐਮ ਨੋਟ ਗੋਇੰਗ ਟੂ ਕੰਪ੍ਰੋਮਾਈਜ਼ ਫੋਰ ਐਨੀ ਪੋਸਟ ਬਿਕੋਜ਼ ਮਾਈ ਕਨਵਿਕਸ਼ਨ ਇਹ ਮੇਰੇ ਲਈ ਸਰਵੋਪਰੀ ਹੈ। ਕਭੀ ਨਾ ਕਭੀ ਮੁਝੇ ਲਗਤਾ ਹੈ ਕਿ ਇਹ ਜੋ ਕਨਵਿਕਸ਼ਨ ਹੈ ਯਹੀ ਹਮਾਰੇ ਭਾਰਤੀ ਲੋਕਤੰਤਰ ਕੀ ਸਬਸੇ ਬੜੀ ਤਾਕਤ ਹੈ। ਇੱਕ ਅੱਛੀ ਅਚਾਨਕ ਘਟਨਾ ਵੀ ਨਾ ਉਹਨੇ ਸੰਗਤ ਕੋਣਾ ਸਰ ਅਤੇ ਉਹਨਾਂ ਨੇ ਕਿ ਇਫ ਯੂ ਆਰ ਗੋਇੰਗ ਟੂ ਬਿਕਮ ਏ ਪ੍ਰਾਈਮ ਮਿਨਿਸਟਰ ਵੀ ਵਿਲ ਸਪੋਰਟ ਯੂ। ਮੁੰਡਲਾ ਵਾਈ ਯੂ ਸ਼ੁੱਡ ਸਪੋਰਟ ਮੀ ਐਂਡ ਵਾਈ ਆਈ ਸ਼ੁੱਡ ਟੇਕ ਯੂਅਰ ਸਪੋਰਟ ਟੂ ਬਿਕਮ ਏ ਪ੍ਰਾਈਮ ਮਿਨਿਸਟਰ ਇਜ਼ ਨੋਟ ਏਮ ਇਨ ਮਾਈ ਲਾਈਫ। ਆਈ ਐਮ ਲੋਇਲ ਟੂ ਮਾਈ ਕਨਵਿਕਸ਼ਨ ਐਂਡ ਮਾਈ ਆਰਗਨਾਈਜੇਸ਼ਨ। ਆਈ ਐਮ ਨੋਟ ਗੋਇੰਗ ਟੂ ਕੰਪ੍ਰੋਮਾਈਜ਼ ਫੋਰ ਐਨੀ ਪੋਸਟ ਬਿਕੋਜ਼ ਮਾਈ ਕਨਵਿਕਸ਼ਨ ਇਹ ਮੇਰੇ ਲਈ ਸਰਵੋਪਰੀ ਹੈ। ਕਭੀ ਨਾ ਕਭੀ ਮੁਝੇ ਲਗਤਾ ਹੈ ਕਿ ਇਹ ਜੋ ਕਨਵਿਕਸ਼ਨ ਹੈ ਯਹੀ ਹਮਾਰੇ ਭਾਰਤੀ ਲੋਕਤੰਤਰ ਕੀ ਸਬਸੇ ਬੜੀ ਤਾਕਤ ਹੈ। ਤਾਂ ਗਡਕਰੀ ਦਾ ਚਿਹਰਾ ਖੂਬ ਚਰਚਾ ਦੇ ਵਿੱਚ ਹਮੇਸ਼ਾ ਤੋਂ ਰਿਹਾ ਹੈ ਔਰ ਗਡਕਰੀ ਦਾਅਵਾ ਕਰ ਰਹੇ ਨੇ ਕਿ ਪ੍ਰਧਾਨ ਮੰਤਰੀ ਬਣਾਉਣ ਦੇ ਲਈ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਸੀ। ਕਾਬਲੇ ਗੌਰ ਇਹ ਵੀ ਹੈ ਕਿ ਸਮੇਂ ਸਮੇਂ 'ਤੇ ਚਰਚਾਵਾਂ BJP ਦੇ ਅੰਦਰੋਂ ਵੀ ਉੱਠਦੀਆਂ ਨੇ ਜਾਂ ਫਿਰ ਕਹੀਏ ਕਿ ਸਿਆਸੀ ਗਲਿਆਰਿਆਂ ਦੇ ਵਿੱਚ ਰਹਿੰਦੀਆਂ ਨੇ ਕਿ ਨਿਤਿਨ ਗਡਕਰੀ ਦਾ ਨਾਮ ਪ੍ਰਧਾਨ ਮੰਤਰੀ ਦੇ ਵਜੋਂ ਅੱਗੇ ਕੀਤਾ ਜਾ ਸਕਦਾ। ਫਿਲਹਾਲ ਅਜਿਹਾ ਨਹੀਂ ਹੋਇਆ, ਕੇਂਦਰੀ ਮੰਤਰੀ ਉਪ ਟਰਾਂਸਪੋਰਟ ਮੰਤਰਾਲਾ ਸੰਭਾਲ ਰਹੇ ਨੇ ਲਗਾਤਾਰ। ਅੱਗੇ ਵੱਧਦਿਆਂ 'ਤੇ ਗੱਲ ਅਰਵਿੰਦ ਕੇਜਰੀਵਾਲ ਦੀ। ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਨਾਲ ਅੱਜ ਮੁਲਾਕਾਤ ਕਰਨਗੇ ਅਰਵਿੰਦ ਕੇਜਰੀਵਾਲ, ਉਹਨਾਂ ਨੂੰ ਸੰਬੋਧਨ ਕਰਨਗੇ ਅਤੇ ਸੰਬੋਧਨ ਜਾਂ ਮੁਲਾਕਾਤ ਹੋਏਗੀ ਪਾਰਟੀ ਦਫ਼ਤਰ ਦੇ ਵਿੱਚ ਸਵੇਰੇ 12 ਵਜੇ, ਦੁਪਹਿਰੇ 12 ਵਜੇ ਤੁਸੀਂ ਕਹਿ ਸਕਦੇ ਹੋ ਜਿਹੜਾ ਪ੍ਰੋਗਰਾਮ ਰੱਖਿਆ ਗਿਆ। ਜ਼ਮਾਨਤ ਦੇ ਉੱਤੇ ਸ਼ੁੱਕਰਵਾਰ ਨੂੰ ਅਰਵਿੰਦ ਕੇਜਰੀਵਾਲ ਬਾਹਰ ਆਏ ਨੇ ਔਰ ਵਰਕਰਾਂ ਦੇ ਨਾਲ ਇਹ ਪਹਿਲੀ ਮਿਲਣੀ ਹੋਏਗੀ। ਕਥਿਤ ਸ਼ਰਾਬ ਘੁਟਾਲੇ ਦੇ ਵਿੱਚ ਸੁਪਰੀਮ ਕੋਰਟ 'ਚ ਉਹਨਾਂ ਨੂੰ ਰਾਹਤ ਮਿਲੀ, 177 ਦਿਨ ਬਾਅਦ ਰਾਹਤ ਮਿਲੀ ਅਤੇ ਉਹ ਜ਼ਮਾਨਤ ਦੇ ਉੱਤੇ ਬਾਹਰ ਆਏ। ਹਾਲਾਂਕਿ ਜ਼ਮਾਨਤ 'ਤੇ ਉਹ ਬਾਹਰ ਮਈ ਮਹੀਨੇ 'ਚ ਵੀ ਆਏ ਸੀ, ਕਰੀਬ ਕਰੀਬ 20 ਦਿਨ ਦੇ ਲਈ ਇਲੈਕਸ਼ਨ ਦੇ ਦੌਰਾਨ, ਪਰ 2 ਜੂਨ ਉਹਨਾਂ ਨੂੰ ਵਾਪਸ ਸਰੈਂਡਰ ਕਰਨਾ ਪਿਆ ਸੀ ਅਤੇ ਹੁਣ 177 ਦਿਨਾਂ ਬਾਅਦ ਇੱਕ ਤਰੀਕੇ ਨਾਲ ਰੈਗੂਲਰ ਬੇਲ ਮਿਲ ਚੁੱਕੀ ਹੈ। ਕੁਝ ਸ਼ਰਤਾਂ ਲਗਾਈਆਂ ਗਈਆਂ ਨੇ ਸੁਪਰੀਮ ਕੋਰਟ ਦੇ ਵੱਲੋਂ ਔਰ ਉਹਨਾਂ ਸ਼ਰਤਾਂ ਦੇ ਨਾਲ ਹੁਣ ਅਰਵਿੰਦ ਕੇਜਰੀਵਾਲ ਜਿਹੜੇ ਚੋਣ ਪ੍ਰਚਾਰ ਦੇ ਵਿੱਚ ਪੂਰੀ ਤਾਕਤ ਲਗਾਉਂਦੇ ਨਜ਼ਰ ਆਉਣਗੇ। ਹਰਿਆਣਾ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੇ ਨੇ ਅਗਲੀ 5 ਤਰੀਕ।